रहमान रहीम सलवात तदाद वदी सलवात वदी पढ़ो चा ढेर सर बैठो بات للمتقین و جنت للمؤمنین بلند صلوات ایڈی وڈی عبادت مالک شامل ہے اونچا درود پڑھو چا ਬੁਰਕਿਆਂ ਲੁਟਾਓ ਕੇ ਤੁਰ ਪਈਆਂ ਧੀਆਂ ਐਲੇ ਤੂੰ ਥੱਕ ਪੈ ਉਹ ਨਹੀਂ ਥੱਕੀ ਜਾਂ ਬਿਰਾਗ ਕੋ 70 ਕਦਮ ਤੇ ਕੁਛ ਦਾ ਦਿੱਠੇ ਤੇਰਾ ਮਜ਼ਹਬ ਆਪਣੇ ਹੈ ਤੇਰੇ ਵਾਸਤੇ ਕਰ ਸੰਗਦਾ ਤਾਂ ਮੈਂ ਨੌਕਰੀ ਪੇਸ਼ ਕਰਾਂਦਾ ਨੌਕਰਾਂ ਸੇ ਬੁਰਕੇ ਲੁਟਾ ਕੇ ਤੁਰ ਪਈਆਂ ਧੀਆਂ ਅਲੀ ਦੀਆਂ ਰੋਵਣ ਲਾਲਾ ਵੀਰਾਂ ਮਰਾ ਕੇ ਤੁਰ ਪਈਆਂ ਧੀਆਂ ਅਲੀ ਕਿਹੜਾ ਧੀਆਂ ਲੈ ਉਹਦੇ ਤੇ ਵਾਜਬ ਹੈ ਕਰੇ ਬਿਸਮਿਲ੍ਲਾ ਬੁਰਕੇ ਦੀ ਕੀਮਾ ਤੂੰ ਦੇ ਕੋਲ ਪੁੱਛ ਜਾਂਦੀ ਧੀ ਹੋਵੇ ਭਾਵੇਂ ਜੋ 7 ਸਾਲਾਂ ਦੀ ਧੀ ਹੋ ਸੀ ਧੀ ਦੇ ਸਰ ਤੇ ਬੁਰਕਾ ਵਧਾ ਜੁਣੇਂਦਾ ਹੋ ਸੀ ਕੋਸ਼ਿਸ਼ ਤਾਂ ਮੈਂ ਕਰੇ ਨਾ ਜੇ ਹੈ ਕਰ ਸੰਗੀਤ ਆਖੀ ਮੇਰੀ ਧੀ ਬਹਿ ਨ ਗਈ ਕਰ ਤੂੰ ਸ਼ਰੀਫ ਘਰ ਦੀ ਮਸਤੂਰ ਮੇਰੀ ਧੀ ਮੱਤਾ ਤੇਰੀ ਲੱਤੀ ਚਾਦਰ ਤੇਰੇ ਖੁੱਲੇ ਵਾਲ ਕੋਈ ਦੇਖ ਗਿੰਨੇ ਮੈਂ ਆਦਾ ਮੁਸਲਮਾਨ ਜਦਾ ਮਗਰਬ ਤੇ ਇਸ਼ਾ ਦੀ ਨਮਾਜ਼ ਪੜ ਗਈ ਦੀ ਘਰ ਵੱਤ ਸ਼ਾਮ ਵਾਲੇ ਪਾਸੇ ਮੂੰਹ ਕੀਤਾ ਘਰ ਉੱਚੀ ਆਵਾਜ਼ ਨਾ ਲਾਗਾ ਘਰ ਬੀਬੀ ਮੇਰੀ ਪਾਤੀ ਖੜੀ ਹੈ ਤੂੰ ਛਤਰੀ ਸ਼ਹਿਰਾਂ ਚੋਂ ਮੰਗਦੀ ਡੁਰ ਗਈ ਹੈ ਆਗਾ ਘਰ ਬੀਬੀ ਤੇਰੇ ਬੁਰਕੇ ਦੇ ਵਧੇ ਅਰਮਾਨ ਜ਼ਾਕਿਰ ਸੁਣਦਾ ਤਾਂ ਸਰ ਜਾ ਬਿਸਮਿਲ੍ਲਾ ਕੋਸ਼ਿਸ਼ ਕੀਤੀ ਕਰ ਧੀਆਂ ਕੋ ਢੇਰ ਦਿੱਤਾ ਕਰ ਯਾਰ ਗਲਤ ਲੋਕ ਲੈ ਲਿਓ ਥੋੜਾ ਦੇ ਥੋੜਾ ਉਹ ਦੇਵੇ ਜਿਹੜਾ ਗਰੀਬ ਹੋਵੇ ਭਾਵੇਂ ਗੱਜਾ ਦਰ ਚ ਕੱਜ ਦੇਵੇ ਫਰਦੈਂ ਤੇ ਇਮਦਾਦ ਕਰ ਮਿੰਨਤ ਕਰੇ ਨਾ ਜਦਾ ਕਫਨ ਦਿੱਤਾ ਘਰ ਅਜਾ ਸਮਾਜ ਨਾ ਆਇਓ ਵੀ ਕੰਨਾ ਲੈ ਦੁਰ ਦਿੱਤੇ ਘਰ ਬਤ ਧੀ ਦੇ ਕਰੀਬ ਥੀ ਬੈਠਾ ਘਰ ਥੋੜਾ ਥੋੜਾ ਬੋਲਾ ਘਰ ਬੋਲ ਕੇ ਆਕਾ ਘਰ ਜੇ ਜੇ ਮੰਗਣੀ ਹਰ ਜੇ ਦੇਵੇ ਇਹ ਦੁਰ ਨਾ ਦੇ ਮਤਾ ਪਿਛਲਾ ਵਕਤ ਹੋਏ ਮੈਂ ਨਾ ਹੋਵਾਂ ਫਿਰਾ ਨਾ ਹੋਣੀ ਇਹ ਕਫਨ ਦੀ ਜਾ ਤਿਆਰੀ ਕਰਨਾ ਮੈਂ ਕੋਸ਼ਿਸ਼ ਕਰਾਂ ਗੰਢੇ ਗੱਡ ਕੇ ਆਧੀ ਰਾਤ ਨਾ ਰੋਣਾ ਗਾ
ਬੀਬੀਆ ਕਿਆ ਸਜਾਦ ਮੈਂ ਕੋਈ ਕਫਨ ਮੰਗਣਾ ਹੈ ਬੀਬੀਆ ਦੇ ਵਸਦੇ ਫਿਰਾਵਾਂ ਤੂੰ ਮੰਗੀਂਦਾ ਤੇ ਕੁਸ਼ਾਮ ਖਾ ਗਈ ਵਾਹ ਵਾਹ ਦਈ ਆਲਾ ਬਲਾ ਤੇ ਨੌਕਰਾ ਬਿਸਮਿਲਾ ਲੱਕ ਦਫਾ ਮੈਂ ਬਿਸਮਿਲਾ ਕਰਾਂ ਮੈਂ ਨੌਕਰਾਂ ਕਿਬਲਾ ਜੀ ਕਰ ਬਲਾ ਦਾ ਦਵਾਰ ਬਈ ਫੈਸਲ ਕੰਧਾਣੀ ਸਾਹਿਬ ਜਿਤਨੇ ਵੀ ਮੌਲਾ ਦੇ ਮਦਾ ਬੈਠਣ ਸਾਰਾ ਤੋਂ ਜੁੱਤੀਆਂ ਜੋੜ ਗੁਲਾਮ ਸਾਰਾ ਤੋਂ ਛੋਟਾ ਜ਼ਾਕਿਰ ਕਰ ਬਲਾ ਦਾ ਦਵਾਰ ਦੁਆ ਦੇ ਹੱਥ ਪਿਆ ਜੇਨ ਮਾਲਕ ਕੁਛ ਵਕਤ ਦਾ ਕਿਸੇ ਅਲਦਾਰ ਕੋ ਕਿਸੇ ਹਲਾਲੀ ਕੋ ਕਿਸੇ ਮਵਾਲੀ ਕੋ ਮੌਤ ਨਾ ਦੇਵੇਂ ਜਬ ਤੱਕ ਕੁਝ ਆ ਨਾ ਨਿਖਾਵੇਂ ਜਿੱਥਾਂ ਫਿਰਾ ਕੁਸਦਾ ਰਹੇ ਭੈਣ ਦੇ ਧੀ ਰਹੀ ਉਹ ਮੈਂ ਸਦਕੇ ਬਾਬਾ ਜੀ ਨੌਕਰਾ ਅੱਲਾ ਦੀ ਕਸਮੇ 70 ਕਦਮ ਦੀ ਵੀ ਥਾਈ ਫਿਰਾ ਆਦਾ ਜ਼ਮੀਨ ਜਿੱਕੀ ਥੀ ਮੈਨੂੰ ਭੈਣ ਕੁਸਦਾ ਨਾ ਦੇਖੇ 70 ਕਦਮ ਤੇ ਪਰਦਾਦਾਰ ਬੀਬੀ ਖੜੀ ਆਈ ਬੀਬੀ ਆ ਦੇ ਜ਼ਮੀਨ ਉੱਚੀ ਮੈਂ ਫਿਰਾ ਦਾ ਸਜਦਾ ਵੇਖਾਂ ਕਰਬਲਾ ਦੀ ਨਗਰੀ ਚ ਬੰਬਾ ਆਵਾਜ਼ ਆਈ ਮੌਲਾ ਤੂੰ ਅਬੂ ਤੁਰਾਬ ਦਾ ਪੁੱਤਰੇ ਉਹ ਧੀਏ ਮੈਂ ਕੁਡਸ ਤੂੰ ਆ ਦੇ ਝਿੱਕੀ ਧੀ ਉਹ ਆਦੀ ਉੱਚੀ ਧੀ ਮੈਂ ਦੱਸਾ ਮੈਂ ਕਹਿੰਦੀ ਮਲਾ ਪਿੱਛੇ ਸ਼ਬੀਰ ਆ ਦੇ ਉਹਦੀ ਮਲਾ ਜੈ ਸ਼ਾਮ ਵੰਡਣਾ ਸਯਾਦਾ ਦੇ ਉਹਦੀ ਮਲਾ ਜੈ ਪੱਥਰ ਝਲਣੇ ਮਰਹਬਾ 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 ਨੌਕਰਾਂ ਜੀ ਜੀ ਨੌਕਰਾਂ ਮੈਂ ਬਿਸਮਿਲਾ ਕਰਾਂ ਕਰਬਲਾ ਉਹਦੀ ਜੰਗ ਮੁੱਕੀ ਨਹੀਂ ਅਜੇ ਜ਼ੁਲਮ ਜਾਰੀ ਹੈ ਪਹਿਲੇ ਹੁਸੈਨ ਦੇ ਪੁੱਤਰਾਂ ਕੋ ਲੁੱਟਣ ਲਫ਼ਜ਼ ਸੁਣਦੇ ਸਰਚਾ ਨੇ ਹੁਸੈਨ ਦੇ ਪੁੱਤਰਾਂ ਦੇ ਬਾਅਦ ਹੁਸੈਨ ਕੋ ਲੁੱਟਣ ਧੀਆਂ ਲੱਭਣ ਦਾ ਸਰ ਜਾ ਤੇਰੀ ਅੱਖ ਦਾ ਜ਼ਾਮਿਨਾ ਸੱਚ ਪੁੱਛੇ ਤਾਂ ਅਲੀ ਦੀਆਂ ਧੀਆਂ ਕੋ ਲੁੱਟਣ ਸ਼ਾਬਾਸ਼ ਕਿੰਨਾ ਬੁਰਖ ਲੁੱਟੇ ਕਿੰਨਾ ਦੁਰ ਲੁੱਟੇ ਬਾਬਾ ਜੀ ਹੁਣ ਮੌਲਾ ਦੇ ਜ਼ਵਾਰਾਂ ਕੋ ਲੁੱਟੇਂਦੇ ਭੈਣ ਖਾਲੀ ਲੁੱਟੇਂਦੇ ਨਹੀਂ ਪਏ ਮਰੇਂਦੇ ਭੈਣ ਪਹਾੜੀ ਮਸਾਹਿਬ ਦਾ ਸਰ ਜਾਵੀ ਜ਼ਿਕਰ ਦੀ ਕਸਮੇ ਮੈਂ ਆਧਾ ਮੁਸਲਮਾਨ ਜਦਾਂ ਇਹ ਆਜ਼ਾਦਾਰ ਮੌਲਾ ਕੋਲ ਵੇਂਦੇ ਪਏ ਹੋਵੇਨ ਵੱਤ ਕੁਝ ਨਾ ਆਖਾ ਕਰ ਜਦਾਂ ਇਹ ਆਜ਼ਾਦਾਰ ਵੱਲੇਣ ਵੱਲ ਇਹਨਾਂ ਦੇ ਬੈਗ ਚੈੱਕ ਕੀਤੇ ਘਰ ਮੁਹੰਮਦ ਦੇ ਕਲਮੇ ਦੀ ਕਸਮ ਚਾ ਕੇ ਆਦਾਂ ਤਸਬੀਆਂ ਸਜਦੇ ਗਾ ਥੋੜੀਆਂ ਹੋਣੀਆਂ ਨਾ ਕਫਾਨ ਢੇਰੋ ਨੇ ਇਹ ਗਾਵੇਂ ਜਿਹੜੀ ਕਫਾਨ ਨਾਲ ਲਈ ਵਧੀ ਆਉਂਦੀ ਹੈ ਉਹ ਲਾਲ ਮਾਂ ਕਫਾਨ ਲਿਖਾ ਮੈਂ ਨੌਕਰ ਸੇ ਲਫ਼ਜ਼ ਬਾਬਾ ਮੈਂ ਹੁਣ ਪੜ੍ਹਾਂ ਭਾਈ ਜਾਨ ਹੁਣ ਪੜ੍ਹਾਂ ਇਰਫਾਨ ਭਾਈ ਆਏ ਜੀ ਬਿਸਮਿਲਾ ਕਰਾਂ ਉਸੇ ਲਫ਼ਜ਼ ਤੇ ਕਿਬਲਾ ਜੀ ਮੈਂ ਆਂਦਾ ਪੀਆਂ ਇਵੇਂ ਕਫਨ ਚੈਨਲ ਕਿਉਂਕਿ ਮੈਂ ਆਪ ਹੀ ਚੈਨ ਹੁਸੈਨ ਦੀ ਜ਼ਰੀ ਦੇ ਨਾਲ ਹੌਲੇ ਹੌਲੇ ਮਸ ਕਰੇ ਨੇ ਨਾਲੇ ਦੁਆ ਦੇ ਹੱਥ ਚੈਨਲ ਬਤੂਲ ਪੁੱਤਰ ਤੇਰੇ ਸ਼ਹਿਰ ਦਾ ਕਫਨ ਗਿਦੀਵੇਂ ਨੇ ਦੁਆ ਕਰੇ ਸ਼ਾਲਾ ਇਹੋ ਕਫਨ ਪਾਜ ਬੋਏ ਉਹ ਸ਼ੀਆ ਬੰਦੇ ਕੁਰੋਵਣ ਦੀ ਦਾਵਤ ਸ਼ਬੀਰ ਦੀ ਜ਼ਰੀ ਹਲ ਵੇਂਦੀ ਹੈ ਸਯਾਦਾ ਦੇ ਅਜ਼ਾਦਾਰ ਤੂੰ ਪਾ ਪੁੱਤਰਾਂ ਕੋ ਪਵਾ ਧੀਆਂ ਕੋ ਪਵਾ ਹਮਸਾਇਆਂ ਕੋ ਪਵਾ ਰਿਸ਼ਤੇਦਾਰਾਂ ਕੋ ਪਵਾ ਮੈਂ ਉਹ ਗਰੀਬਾਂ ਜਿਹਦੀ 4 ਸਾਲਾਂ ਦੀ ਧੀ ਬੇ ਕਫਨ ਜਿਹਦੇ 6 ਮਹੀਨਾ ਦੇ ਪੁੱਤਰ ਕੋ ਕੋਈ ਨਹੀਂ ਮਿਲਾ ਅਲਮਾਨ 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 ਜੀ ਜੀ ਨੌਕਰ ਨੌਕਰ ਅਜਾ ਬੰਦੇ ਸ਼ਰਮਾਨ ਦੇ ਬੈਠੇ ਨੇ ਬਾਬਾ ਜੀ ਮੈਂ ਨੌਕਰ ਹਾਏ ਕਿਬਲਾ ਸਵਾਲ ਕਰ ਗਿਆ ਦਿਨ ਪਿਓ ਤੇ ਧੀ ਦਾ ਆਪਣਾ ਮੁਕੱਦਰ ਅੱਛਾ ਬਾਬਾ ਲਫ਼ਜ਼ ਪੜਾ
تساں لفظ دیتا ہے تو میں لفظ پڑھ دوں قرآن دی قسم ہے بروز محشر ندا سی اہل محشر اپنی آنکھاں بند کر دیو محمد دی ہک دھی آ گئی ہائے ہن بہاری مسجد بی بی روسی مالک دی آواز اے محمد دی دھی کیوں رونی بی بی دی آواز اسی مالک انصاف کر تیری بھری کائنات ہر کوئی کفن آل میرا حسین بے کفن ہن سر جا حسین دھاڑا مار کے روزی مالک میدان صاف چھوڑ میں مرد نبھا گیاں میری چون سال دی دھی انصاف کر ہر کہہ دیا دیا چنگے کفن آل میری محل چولے نال ہر دا بابا نب کے آکسی قصور کیڑا بسم اللہ بسم اللہ بسم اللہ میں بسم اللہ میں عبادت مکمل کرنا چاہنا بان دی حسیاتی چاہ حاضر ہاں میرے بعد عزت دار مدام موجود ہیں ہاں آنکھ صاف کر کے ایک باواز بلند صلوات پڑھو جی آل محمد ذات تعداد وڈی ہے جی صلوات وڈی پڑھو چا مہربانی کرو میرے تے جتنے بھی ذاکرین میرے بعد ہیں یا جتنا بھی آنا ہے سارے بانی ہیں کیونکہ پیار اتنا ہے عمران بھائی دا مالک دن دگنی رات چگنی ترقی عطا فرماوے اگر جناب دا دل ہوئے تو میں ایک دو شعر قصیدہ دا پڑھا سارا در ہوئے پڑھیے چا ایک نیاز بطول اپیل کرنا چاہنا جڑے عزادار ادھے بیٹھے ہو یہ جگہ خالی پی تھے یہ ہاتھ بات کے اپیلے ہاں تھوڑے حق کی دعا کریں دے ویسوں اے اتھا آونجو سامنے ہاں بڑی بڑی مہربانی شکریہ ماں حسین دی تو کسی دا محتاج نہیں کرے شاہ مالی ملکہ راضی ہو انہیں سلامت رہو وستے راون ویڑے گھر وستیاں آباد راون جتھم بادشاہ دا ذکر ہوندا ہے عظیم چہرے عظیم لوگ عظیم دھرتی میرے وطن دے سردار حاضر ہیں پڑھا چا جی قصیدہ قصیدہ بالکل نواں جہاں پیش کرنا چاہنا ہاں ہر بندہ جاگے لطف ضرور آسی بغیر حب علی جو بھی اذان دیتا ہے علی علیہ جاگ سو لطف آسی جی بسم اللہ تو تھکاونا نہیں میں بسم اللہ کراں بغیر حب علی جو بھی اذان دیتا ہے بابا سمجھ آنی پی نا بغیر حب علی جو بھی اذان دیتا ہے بغیر حب علی جو بھی اذان دیتا ہے خدا کے گھر میں وہ جھوٹا بیان دیتا ہے سارے بولو حیدری میں بسم اللہ کرم بغیر حب علی جو بھی اذان دیتا ہے بغیر حب علی جو بھی اذان دیتا ہے خدا کے گھر میں وہ جھوٹا بیان دیتا ہے نا 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 جتنا چھوٹا جگ حق رکھے اتنا تیرا ہاتھ حق بن دے میرے نال علامی بغیر حب علی جو بھی اذان دیتا ہے خدا کے گھر میں وہ جھوٹا بیان دیتا ہے علی مولا کی عظمت کو بھونکنے والو علی کے حق کی گواہی قرآن دیتا ہے میں بسم اللہ کروں کمال بولے ہو قبلہ جی ہر کہ کو اپنے پیر سلامت بھائی جان میں اپنے پیران دی تعریف کراں سارے ماشاءاللہ حاضر ہو ہن دو چار بندے بابا جی پریشان ہیں وڈے جا کو سنی بیٹھے ہیں اے کڈو آ گئے جڑے اے نیتی بیٹھے تا لیندا نے ہاں اللہ ساری زندگی کرے جڑے اے نیتی بیٹھے محنت کرنا چاہندا ہے جی دعا کرے سو اساں او بندے سر چاو صلوات پڑھو میں قصیدہ پڑھا اللہ دی قسم مجمع بہت بڑا ہے صلوات جی کی پڑھی نے اونچی آواز نال درود پڑھو ولی جانے ولا جانے ساڈا سلامت رہو جانے بلے جانے
खुदा जाने। हाथ बुलंद करो उच्च बोलो हैदरी। सुभान अल्लाह सुभान अल्लाह। क्या कहने जनाब। बिस्मिल्लाह करा वसते रहो जिंदगी अंदर आ जाओ आबाद शाद रहो। माँ हुसैन दी किसे दा मोहताज न करे जी। आओ सतर कमाल जी तशरी नहीं करना चाहता मेरे बाद इज्जतदार मदा मौजूद है प्यारा जय शेर किबला जी जनाब दिया झोलियाँ ते पच एडा सियाणा मजमा एडे अजीम लोग तशरी दी जरूरत को नहीं सतर पचाव लगा सुना भाई झोले नारा सिखा ले जाने। शाबाश हाथ बुलंद करो हैदरी। मेहरबानी मेहरबानी। मैं बिस्मिल्लाह करा नस्लां जीवन तुहाडियां पीर ओ बना जेड़े बरोज़े मशर कम आवे। बोलो यार उन्ना को पीर कदा ही ना मने जिन्ना को चावलां दे तलू बोटी ही ना दिसे। जिंदगी अंदर आ जाए आप कोई तशरी नहीं करना चाहता शेर बन लगा सुना भाई। जय को नबिया सजदे थींदे तावण सजदे थींदे ए सारे ते सजदा गा जाने अले जाने। सुभान अल्लाह तुझे हैदरी ताकत लो हैदरी। सुभान अल्लाह अल्लाह तो मेहरबानी से चार कसीदे तो हट के तक बुजुर्ग सुनावा साथ देसो पढ़ी अजा जनाब। हाँ कच्ची दे अल्लाह तो जिंदगी करे। मैं बिस्मिल्लाह कर पढ़िए जनाब। हुण जितने हाजिर हो मेरे आले पासे दिखाए जितने हाजिर बंदे हो ओ सर चवे जेड़े जिक्र किबला जी भाईजान जेड़े हाजिर हैं उन्हां नाल गल करना चाहना। हो ए जिक्र हे आल पैगंबर दा नाल सोग बतोल द दिल बरदा जेड़ा नहीं सुनदा ओ उठ जावे। ए जिक्र हे आल अर्जी तुहाडी अपनी है नाल सोग बतोल द दिल बरदा आल नबी दे दुश्मन दे असा बहु करनी है बे इज्जती जड़ा नहीं सहंदा उठ जा। हाथ बुलंद करो हैदरी। सुभान अल्लाह अल्लाह तो जिंदगी करे। आओ भी बुजुर्ग जाकर पढ़ा साथ दे सो मेरा बुजुर्ग जाकर पढ़ दें अलफ ते मीम ते आनंदा मुन कर लाना ते दा हक दार होंदे अलफ ते मीम ते आनंदा मुन कर लाना ते दा हक दार होंदे अलफ ते मीम ते आनंदा मुन कर लाना ते दा हक दार होंदे अलफ ते मीम ते आनंदा मुन कर अलफ ते मीम ते आनंदा मुन कर ਉਹਦਾ ਜਿਹੜਾ ਹਮੀਮ ਤੇ ਐਨ ਦਾ ਤਾਬੇਦਾਰ ਹੁੰਦਾ
हाथ बुलंद करो हैदरी सुभान अल्लाह बिस्मिल्लाह करा त्रीजा कसीदा पढ़ा सारा अंदर हुए पढ़ा जड़े हैं जी मेहरबानी मैं बिस्मिल्लाह करा त्रीजा बुजुर्ग आला कसीदा बाबा जी पेश करना चाहना जी था मन कर दे तू सजदे अदा है जी था बिस्मिल्लाह करा अल्लाह तेरी जिंदगी करे वला पढ़े ना बिस्मिल्लाह कर तुहारा रूह है पिछला वला पढ़ा बाबा बिस्मिल्लाह करा बिच मुश्किल दे पीर अली बिन कोई सहारा नहीं होंदा बिच मुश्किल दे पीर अली बिन कोई सहारा नहीं होंदा बिच मुश्किल दे पीर देखी ते चौदह सिवा नबिया दा गुजारा नहीं होता चलो सही आजादे हुक्म कीता ई बे पांच पढ़े पंजवा पढ़ा भाई जेड़े लंगर दे इंतजार च कदा सुन दे बिस्मिल्लाह करा पंजवा कसीदा पेश करना चाहना हे हार एक जमाना जमाना ले दा हे हार एक मोहम्मद दी धी राजी होवे शाम दा जवार बने उंदी दालेज चुमे जेड़ी प्यू दी लाश तू झिणका खा के उठी गई हर बंदा इरफान भाई है नहीं कर सकता किबला जी मैं दुआ बड़ी कीती है बंदा है भी नहीं कीती मैं आके शाम दा जवार बने उंदी दालेज चुमे जेड़ी प्यू दी लाश तू हटी नहीं हटाई गई है और मैं सदके थी वहाँ वाह भाई वाह क्या रवानी है ते सदके थी जी बाबा नौकरा मेरे बाद इज्जतदार मदाहिन मैं नौकरा जी लख दफा खा बिस्मिल्लाह करा ढेर नहीं पढ़ना इरफान भाई कुरान की कसम है मेरी जाकरी तो वड़ा वैन मैं पेश करना चाहना एक धी का दुख नहीं दो धियाँ का दुख नहीं त्रै धियाँ का दुख नहीं दरिए खान का अजीम मजमा पांच धियां का दुख नहीं सतारा धियां का दुख पढ़दा हाय कबूल हो भी जिन्हें को समझ ही उन्होंने हाय निकली है ना बेसाखता मैं क्या कह मैं लख दफा कहा सतारा धियां का काजम भाई दुख पढ़दा अल्लाह की कसम है सवाल करो ना अजीज आज ना जाकरीन मेरे तू आला नफजल एक गल मैं करना चाहना किबला भाई औखी नमाज पढ़ी अली दीदी काजम भाई औखी नमाज पढ़ी अली दीदी उठ दी कंड ते बड़ी औखी नमाज पढ़ी सी ना जेड़े हाय कर सकते हो सर चाह देख मेरे आले पासे तेरी हाय दा राम है ना जे नीत के आए बाबा जी मूसा काजम दियां धियां बहु औखी पढ़ी है
میرے تے سوال کر کیویں قرآن دی قسم ہے ستارہ بہنائے نگارے چکا چادر ہے او تیری جوانی ہوئے ایک بہن نماز پڑھے آ لہا کے بھائی کو دے وے ہاں آدھی پڑھ نماز اسا قیدی پیو دیاں دیاں شاباز کیا روحانیت میں لک دفا کہاں ایڈا ڈکا میں قرآن دی قسم مسلح دے پتر بھرا دے حقی دعا کرنی آزاداراں تے سرچا جی بابا نوکراں ستاراں دیاں حق الماریے تو ادب سن دیں رضا سادے قریبا امام رضا کول ہے بھینا بھرا تو ڈٹھے ایویں نہ کاغذ قلم لایا اساں دکھ برا خط اپنے بابے کو لکھ دیا ہے ساری زندگی دروں والے اے سلے پہلے لفظ یہ تا درد کھا گئے ویران رضا توں بابے دے نامے بیٹھیا خط لکھا میں اللہ را سیدھیاں ویران رضا توں بابے دے نامے بیٹھیا خط لکھا میں اللہ را سیدھیاں ویران رضا ہائے کار چاہ تیرے واسے بیٹھیا خط لکھا میں اللہ را سیدھیاں ویران رضا بابے دنا میں بیٹھے خط لکھا میں اللہ را سیدھیاں بابا سمجھ کے ویرن رضا دے بابا سمجھ کے ویرن رضا دے گل بائی پاویں اللہ را سیدھیاں دیاں دیا اللہ ہے کرے دوجا کرے نہ کرے اس دی مرضی جی بابا نو کرا میں بسم اللہ کرا میں لکھ دبا کا پہاڑے مسیب دبا جی سر جاوے او بندہ جیڑا دے میں ازادارا دے ہائے بھی نہیں ہے یک دادا میں نا رضا دے لکھا گیا او بی بی اگا دے ودی ہے جیڑی کو میں چھرو لگے مر گئی ہے پھر آو دے پاسے دے گیا دیے پہلی ستر اے دیا لکھئی ہے سر خیر بابا نبد پئی ہے پہلے ستر اے دیا لکھئی ہے سر خیر بابا سر نبد پئی ہے پہلے ستر اے دیا ایک اگال سمجھ نہیں ہے میرا خیال ہے سر خیر بابا سر نبد پئی ہے یہ ہے تو لکیڑا حالے کہنا بھی چالے تو لکیڑا حالے اللہ ماں جی جوانی اچھا بابا نو کرا میں تھک دا دنا بیا جڑے ماتمی عزادار جمعو سر جاؤ قرآن دی قسمیں بابا جی مدینہ دے وچ کربلا دا منظر بنا ہویا ستارہ بہن ارد گرد حال ابا دے آدھی چرد آدھے وکھر وین یہ تا دکھ روین چودارو بہن ارد وچر آدھے جتنے ماتمی آخری لاؤ جتنے ماتمی ہو ہاتھ بلند کرو میں بسم اللہ کرن جوانے رو کیا دے جڑے بے گناہ کے دین دعا منگ شالا ریہاو ونجن کہن دیا تا دھیاں یو زین جڑیاں رو دیاں ہو زین ہو دھیاں لا سر جا آخری وین بیا پردان جڑے ہاتھ بلند ہوئن جتنے دھیاں لے بیٹھے ہو ہاتھ بلند کرو دھیاں لے بندے ہاتھ بابا جی دیر سارے عزادار ان ملانگ سوئی جڑے دھیاں لے میں دعا پیا منگ دا آمین آگ دعا منگی کر شالا کہن دیا دھیاں نہ رولین جی میں موسیٰ قاسم دیا دھیاں جا رول گئیاں آخری وین پیا پردہ دین رضا کو لکھ جا دھیاں پیا دیا نی توڑے جتنا بابا بغداد دورے تو کو ملنے آدیا دھیاں ضرور ہے توڑے جتنا ہائے تیرے واسے بغداد دورے تو کو ملنے آدیا دھیاں اگلی صدر سمجھیں اگلی صدر سمجھیں اچھا
जे तेरा दिल मातम दे तवा सड़ जाओ सतारा दियां दा प्यो टुट गया पुल्ले बगदाओ ते जनाजा रख के मजो टुट गए अपने वादे दे मुताबिक आयो बस कलानी छोटी जे धी को लाल कोल ज़ईफा कौन मर गई है रो के दिन रुआ मजदूर जनाजा रख लो बगदाद दी पुल हुण सारदा पुरसर दोर जनाजा रख जी बगदाद दी पुल के दफनावे कोई दफना संग ओ मजलूम कु कफन पवा مومنین اکرام اعلان سماعت فرمائے سو دوسرا شبان امام بارگاہ لٹیاں والا جشن امام حسین علیہ السلام ہو سی جن دے وچ اجاد جھنڈوی بہاولپور اختر سیال لیا جہانگیر کھواوڑ علی رضا لٹی تمام احباب شریک جشن ہو کے ثواب دارین حاصل کرے سو 15 بار